ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ। ਅੱਜ ਦੀ ਇਹ ਵੀਡੀਓ ਬਈ ਆਪਾਂ ਲੈ ਕੇ ਆਏਗੇ ਡਾਇਟ ਦੇ ਉੱਪਰ, ਵੀ ਆਪਾਂ ਆਪਣੇ ਜਾਨਵਰਾਂ ਨੂੰ ਕੀ ਡਾਇਟ ਪਾਉਣਾ, ਮਤਲਬ ਵੀ ਸਾਰਾ ਦਿਨ ਵੀ ਕਿੰਨੀ ਵਾਰੀ ਆਪਾਂ ਉਹਨਾਂ ਨੂੰ ਡਾਇਟ ਦਿੰਦੇ ਹਾਂ, ਜਿਵੇਂ ਸਵੇਰੇ ਦੁਪਹਿਰੇ ਸ਼ਾਮ। ਅਤੇ ਜਦੋਂ ਆਪਾਂ ਪਿਛਲੀ ਵੀਡੀਓ ਕਰੀ ਸੀ ਨਾ ਬਈ ਡਾਇਟ ਵਾਲੀ, ਆਪਾਂ ਨੂੰ ਕਈ ਮਾਈਆਂ ਦੇ ਮੈਸੇਜ ਆਏ ਸੀਗੇ ਵੀ ਇੱਦਾਂ ਦੀ ਵੀਡੀਓ ਬਣਾਓ ਅਤੇ ਆਪਾਂ ਕੀ ਪਾਉਣਾ, ਯਾਨੀ ਕਿ ਕਿੰਨੀ ਵਾਰ ਆਪਾਂ ਡਾਇਟ ਪਾਉਣੇ ਆ। ਅਤੇ ਸਭ ਤੋਂ ਪਹਿਲਾਂ ਤਾਂ ਨਾ ਬਈ ਹੁਣ ਆਪਣੇ ਹੋ ਗਿਆ ਲੂਸਣ, ਅਤੇ ਸੁਬਾਹ ਮਾੜਾ ਮੋਟਾ ਘੋੜੇ ਨੂੰ ਛੱਡਿਆ ਉਸਨੂੰ ਦਿਖਾਉਣਾ, ਲੂਸਣ ਪਾ ਦਿੰਦੇ ਹਾਂ ਬਈ ਆਪਾਂ ਇਨਸਾਫ ਤਾਂ ਹੀ, ਮਤਲਬ ਬਿਨਾਂ ਕੁੱਤਰੇ ਬਿਨਾਂ ਟੋਕਾ ਕਰੇ। ਅਤੇ ਸਵੇਰੇ ਵੇਲੇ ਸਿਰਫ ਬਈ ਲੂਸਣ ਪਾਉਣੇ ਆਪਾਂ, ਜਿਵੇਂ ਚਾਰ ਜਾਨਵਰ ਨੇ, ਦੋ ਕੁ ਪੰਡਾਂ ਹੁੰਦੀਆਂ ਨੇ ਹਲਕੀਆਂ ਜਿਹੀਆਂ, ਤਿੰਨ ਘੋੜੀਆਂ ਨੇ, ਇੱਕ ਘੋੜਾ ਇਸ ਟਾਈਮ ਘਰ। ਅਤੇ ਉਦੋਂ ਬਾਅਦ ਬਈ ਆਪਾਂ ਕੁਛ ਨਹੀਂ ਪਾਉਂਦੇ, ਸਫਾਈ ਸਫੂਈ ਕਰ ਦਿੰਦੇ ਹਾਂ, ਹੈ ਨਾ, ਮਾੜਾ ਮੋਟਾ ਕੋਈ ਇਹਨਾਂ ਦਾ ਖਰ ਖਰਾ ਬੁਰਸ਼ ਕਰਨਾ ਜਾਂ ਨਹਾਉਣੇ ਧਮਾਉਣੇ ਨੇ, ਉਹ ਕਰ ਦਿੰਦੇ ਹਾਂ ਬਾਅਦ 'ਚ। ਅਤੇ ਦੁਪਹਿਰੇ ਬਈ ਆਪਾਂ ਕਰ ਦਿਆਂਗੇ ਇਕੱਲੇ ਚੋਕਰ ਦੀ ਸੰਨੀ, ਮਤਲਬ ਵੀ ਇਕੱਲਾ ਚੋਕਰ ਪਾ ਕੇ ਥੋੜ੍ਹੀ ਥੋੜ੍ਹੀ ਸੰਨੀ ਕਰ ਦਿਆਂਗੇ। ਅਤੇ ਮਤਲਬ ਉਹ ਵੀ ਬਈ ਥੋੜ੍ਹੀ ਥੋੜ੍ਹੀ, ਕੋਈ ਜ਼ਿਆਦਾ ਨਹੀਂ। ਅਤੇ ਆਪਣੀ ਬਈ ਕੀ ਸੋਚ ਹੁੰਦੀ ਆ, ਅਸੀਂ ਨਾ ਮਤਲਬ ਵੀ ਜਾਨਵਰਾਂ ਨੂੰ ਭੁੱਖੇ ਰੱਖਦੇ ਹਾਂਗੇ ਦਿਨ 'ਚ, ਬਾਹਲੀ ਅਜੇ ਡਾਇਟ ਨਹੀਂ ਪਾਉਂਦੇ ਹੈਗੇ। ਅਤੇ ਕਿਉਂਕਿ ਬਈ ਸਾਡੀ ਤਾਂ ਸੋਚ ਇਹ ਹੈਗੀ ਵੀ ਜੇ ਮਾੜੇ ਮੋਟੇ ਭੁੱਖੇ ਰਹਿਣਗੇ ਅਤੇ ਅਸੀਂ ਰਾਤ ਨੂੰ ਡਾਇਟ ਨਾ ਜਿਹੜੀ ਆ ਉਹ ਜ਼ਿਆਦਾ ਪਾਉਣੀ ਹੁੰਦੀ ਹੈਗੀ ਜਾਨਵਰਾਂ ਨੂੰ ਰਾਤ ਦੀ ਡਾਇਟ। ਅਤੇ ਇਸ ਗੱਲ ਕਰਕੇ ਨਾ ਅਸੀਂ ਬਈ ਜਾਨਵਰਾਂ ਨੂੰ ਯਾਨੀ ਕਿ ਡਾਇਟ ਘੱਟ ਪਾਉਂਦੇ ਹਾਂਗੇ ਦਿਨ 'ਚ, ਅਤੇ ਮਤਲਬ ਜਿਹੜਾ ਉਹਨਾਂ ਦਾ ਟਾਈਮ ਪਾਸ ਜਿਹਾ ਹੋ ਜਾਂਦਾ ਹੈਗਾ। ਅਤੇ ਰਾਤ ਨੂੰ ਬਈ ਆਪਾਂ ਡਾਇਟ ਪਾਉਂਦੇ ਹਾਂ ਜ਼ਿਆਦਾ, ਆ ਰਾਤ ਦੀ ਡਾਇਟ ਆਪਾਂ ਕਿਵੇਂ ਜਿਹੜਾ ਆਪਾਂ ਉਹ ਸਮਾਨ ਬੋਇਲ ਕਰਦੇ ਹਾਂ ਉਹਦੇ ਬਾਰੇ ਵੀ ਆਪਾਂ ਵੀਡੀਓ ਬਣਾਈ ਆ, ਦੇਖੋਗੇ ਤੁਸੀਂ ਵੀਡੀਓ ਦੇ ਵਿੱਚ ਅੱਗੇ। ਅਤੇ ਉਹ ਬਈ ਆਪਾਂ ਮਤਲਬ ਕਿ ਚਲੋ ਵੀ ਤੂੜੀ ਪਾਉਂਦੇ ਹਾਂਗੇ, ਜਿਵੇਂ ਚਾਰ ਜਾਨਵਰਾਂ ਨੂੰ ਦੋ ਟੋਕਰੇ, ਅਤੇ ਵਿੱਚੋਂ ਸਾਰਾ ਸਮਾਨ ਪਾਉਂਦੇ ਹਾਂਗੇ, ਅਤੇ ਵਿੱਚ ਚੋਕਰ ਪਾਉਂਦੇ ਹਾਂ, ਅਤੇ ਉਹਨੂੰ ਬਸ ਰਲਾ ਕੇ ਵਿੱਚ ਮਾੜਾ ਮੋਟਾ ਹਰਾ ਵੀ ਰਲਾ ਦਿੰਦੇ ਹੁੰਦੇ ਹਾਂਗੇ। ਅਤੇ ਉਹ ਚਾਰੇ ਚੀਜ਼ਾਂ ਮਿਕਸ ਕਰਕੇ ਰਾਤ ਨੂੰ ਖੁਰਲੀਆਂ ਭਰ ਦਿੰਦੇ ਹਾਂ, ਅਤੇ ਜਾਨਵਰ ਰਾਤ ਨੂੰ ਹੀ ਡਾਇਟ ਜ਼ਿਆਦਾ ਖਾਂਦੇ ਨੇ। ਅਤੇ ਆਹ ਬਸ ਬਈ ਤਰੀਕਾ ਸੀਗਾ ਡਾਇਟ ਨੂੰ ਪਾਉਣ ਦਾ ਆਪਣੇ ਜਾਨਵਰਾਂ ਨੂੰ ਦਿਨ 'ਚ। ਅਤੇ ਆਹ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਜਿਹੜਾ ਆਪਾਂ ਸਮਾਨ ਬੋਇਲ ਕਰਦੇ ਹਾਂ ਨਾ, ਸਮਾਨ ਮਤਲਬ ਵੀ ਜਿਹੜਾ ਰੋਜ਼ ਰਿੰਨ ਕੇ ਤਿਆਰ ਕਰਦੇ ਹਾਂਗੇ, ਅਤੇ ਉਹ ਮਤਲਬ ਵੀ ਕਿੱਦਾਂ ਕਰਨਾ ਗਾ ਸਮਾਨ। ਤਾਂ ਬਈ ਮੈਂ ਇੱਕ ਦਿਨ ਪਿਛਲੀ ਵਾਰੀ ਵੀਡੀਓ ਕਰੀ ਸੀਗੀ, ਹੋ ਗਏ 20 ਦਿਨ, ਉਹ ਦਿਨ ਦੱਸਿਆ ਸੀਗਾ ਵੀ ਆਪਾਂ ਕੀ ਸਮਾਨ ਪਾਉਂਦੇ ਹਾਂ। ਅਤੇ ਵਿੱਚ ਨਾ ਕਈ ਭਾਈ ਦੇ ਫੋਨ ਕਮੈਂਟ ਇਹ ਵੀ ਆਏ ਵੀ ਡਾਇਟ ਕਿੱਦਾਂ ਮਤਲਬ ਵੀ ਰਿੰਨਣੀ ਆ, ਜੋ ਆਪਣੇ ਮਤਲਬ ਵੀ ਬਈ ਨਵੇਂ ਰੱਖੇ ਲੱਗੇ ਨੇ ਜਾਨਵਰ ਰੱਖਣ, ਅਤੇ ਉਹਦੇ ਲਈ ਬਈ ਆਪਾਂ ਅੱਜ ਆਹ ਸਪੈਸ਼ਲ ਵੀਡੀਓ ਕਰੀ। ਅਤੇ ਆਪਾਂ ਇਹ ਵੀ ਦੱਸਿਆ ਵੀ ਆਪਾਂ ਸਾਰਾ ਦਿਨ ਆਪਣੇ ਮਤਲਬ ਵੀ ਜਾਨਵਰਾਂ ਨੂੰ 24 ਘੰਟਿਆਂ ਦਾ ਕੀ ਅਤੇ ਕਦੋਂ ਕਦੋਂ ਖਾਣ ਨੂੰ ਪਾਉਂਦੇ ਹਾਂਗੇ। ਅਤੇ ਆਹ ਬਈ ਆਪਾਂ ਮਤਲਬ ਕਿ ਚਲੋ ਵੀ ਸਮਾਨ ਜਿਹੜਾ ਪਾਉਣਾ ਗਾ, ਇਹ ਜਿਹੜਾ ਸਮਾਨ ਆ ਬਈ ਇਹ ਮਤਲਬ ਵੀ ਦੋ ਹਿੱਸੇ ਪੈਂਦੇ ਨੇ ਘੋੜੇ ਨੂੰ, ਅਤੇ ਮਤਲਬ ਵੀ ਬਾਕੀ ਦੇ ਦੋ ਹਿੱਸੇ ਮਤਲਬ ਵੀ ਜਿਵੇਂ ਚਾਰ ਹਿੱਸੇ ਹੋ ਗਏ ਜਿੰਨਾ ਸਮਾਨ ਤਿਆਰ ਹੁੰਦਾ, ਅਤੇ ਦੋ ਹਿੱਸੇ ਬਈ ਬਾਕੀ ਪੈਂਦੇ ਨੇ ਤਿੰਨੇ ਘੋੜੀਆਂ ਨੂੰ, ਦੋ ਹਿੱਸੇ ਇਕੱਲੇ ਘੋੜੇ ਨੂੰ। ਜਿਹੜਾ ਬਈ ਆਪਣਾ ਭਾਂਡਾ ਨਾ ਇਹ ਕੋਈ ਮੰਨ ਕੇ ਚਲੋ ਤੁਸੀਂ ਕੋਈ 1.25 ਕਿਲੋ ਦਾ ਸੀ ਮਿਣਿਆ ਹੋਏਗਾ ਜਦੋਂ ਵਧੀਆ ਭਰ ਦਿੰਦੇ ਆ, ਅਤੇ ਉਹਨਾਂ ਕੁ ਦੇਖ ਲਓ ਤੁਸੀਂ ਬਾਈ ਸਮਾਨ ਯਾਨੀ ਕਿ ਕਿੰਨਾ ਕੁ ਬਣੂਗਾ। ਅਤੇ ਆਹ ਪਹਿਲਾਂ ਜਵੀ ਪੈ ਗਈ ਬਾਈ ਸਾਬਤੀ ਆ, ਮੈਂ ਤੁਹਾਨੂੰ ਦਿਖਾਈ ਆ ਵੀਡੀਓ ਦੇ ਵਿੱਚ, ਕੋਈ ਬਾਈ ਦੋ ਫਾੜ ਨਹੀਂ ਕਰਾਈ ਹੋਈ, ਕੋਈ ਡਾਇਰੈਕਟ ਨਹੀਂ ਕਰਾਈ ਹੋਈ। ਵਿੱਚ ਬਹੁਤ ਬਾਈ ਪੁੱਛਦੇ ਨੇ ਬਾਈ ਵੀ ਕਿਵੇਂ ਮਤਲਬ ਵੀ ਬੋਇਲ ਕਿਵੇਂ ਕਰਨੀ ਆ, ਇੱਦਾਂ ਹੀ ਆ ਬਾਈ ਸਾਬਤੀ ਜਿਵੇਂ ਆਪਾਂ ਖਰੀਦ ਕੇ ਲਿਆਉਣੇ ਹਾਂਗੇ। ਅਤੇ ਆਹ ਬਾਜਰਾ ਹੋ ਗਿਆ ਬਾਈ, ਇਸ ਤੋਂ ਬਾਅਦ ਮਤਲਬ ਵੀ ਉਹ ਜਿਹੜਾ ਇੱਕ ਵਜੇ ਦਾ ਮਤਲਬ ਜਿਹੜਾ ਬਾਜਰਾ ਲਉਂਗੇ ਨਾ, ਮਤਲਬ ਵੀ ਨਵਾਂ ਬਾਜਰਾ ਲੈ ਲਿਓ ਅਤੇ ਪੁਰਾਣਾ ਨਾ ਲਿਓ ਜਦੋਂ ਬਾਈ ਲੈਣ ਜਾਓਗੇ। ਅਤੇ ਬਾਜਰਾ ਨਾ ਜੋ ਬੋਇਲ ਹੋਣ 'ਚ ਥੋੜ੍ਹਾ ਟਾਈਮ ਲਾਉਂਦਾ ਜ਼ਿਆਦਾ, ਇਹ ਨਾ ਹੋਵੇ ਬਾਈ ਵੀ ਜੇ ਕੋਈ ਬਾਈ ਮਤਲਬ ਵੀ ਰਹਿੰਦਾ ਜਾਂ ਬੋਇਲ ਕਰਦਾ ਗਾ ਅਤੇ ਉਹ ਕੱਚਾ ਪਾ ਦੇਵੇ। ਕੱਚਾ ਨਹੀਂ ਆਪਾਂ ਬਿਲਕੁਲ ਵੀ ਯਾਨੀ ਕਿ ਰਹਿਣ ਦੇਣਾ, ਥੋੜ੍ਹਾ ਨਾ ਟਾਈਮ 'ਚ ਬੋਇਲ ਹੁੰਦਾ ਬਾਜਰਾ। ਅਤੇ ਆਹ ਬਈ ਘਿਓ ਆ ਗਿਆ ਆਪਣਾ ਸ਼ਗਨ, ਅਤੇ ਆਪਾਂ ਤਾਂ ਬਾਈ ਪਹਿਲੇ ਦਿਨ ਤੋਂ ਸ਼ਗਨ ਘਿਓ ਹੀ ਪਾਏਗਾ। ਜੇ ਕੋਈ ਵੀਰ ਭਾਈ ਦੇਸੀ ਘਿਓ ਪਾਉਣਾ ਚਾਹੁੰਦਾ ਹੋਵੇ ਤਾਂ ਉਹ ਦੇਸੀ ਘਿਓ ਵੀ ਪਾ ਸਕਦਾ ਇਹਦੀ ਜਗ੍ਹਾ 'ਤੇ, ਅਤੇ ਆਪਾਂ ਤਾਂ ਬਾਈ ਪਹਿਲੇ ਦਿਨ ਤੋਂ ਸ਼ਗਨ ਹੀ ਪਾਇਆ ਅਤੇ ਹੁਣ ਵੀ ਸ਼ਗਨ ਹੀ ਪਾਉਣੇ ਹੈਗੇ। ਅਤੇ 2-3 ਕੁ ਪੀਪੇ ਲੱਗ ਜਾਂਦੇ ਨੇ ਬਈ, ਮਤਲਬ ਵੀ ਆ ਸ਼ਗਨ ਘਿਓ ਦੀ ਪੀਪੀ ਆਈਆਂ ਸਿਆਲ ਸਿਆਲ 'ਚ, ਅਤੇ ਵਧੀਆ ਬਈ ਜਾਨਵਰ ਤਿਆਰ ਹੋ ਜਾਂਦੇ ਹੈਗੇ। ਅਤੇ ਆਪਾਂ ਤਾਂ ਚਲੋ ਫਿੱਟ ਬੈਠੇ, ਨਾਲੇ ਸਸਤਾ ਪੈਂਦਾ, ਦੇਸੀ ਘਿਓ ਮਹਿੰਗਾ ਪੈਂਦਾ ਗਾ। ਅਤੇ ਆਹ ਤਿੰਨ ਚੀਜ਼ਾਂ ਬਈ ਆਪਾਂ ਪਹਿਲਾਂ ਪਾਤੀਆਂ, ਬਾਜਰਾ, ਜਵੀ ਅਤੇ ਗੁੜ ਆਪਣਾ ਘਿਓ। ਅਤੇ ਹੁਣ ਬਈ ਆ ਗਈ ਬਾਰੀ ਗੁੜ ਦੀ। ਅਤੇ ਗੁੜ ਬਈ ਅੰਦਾਜ਼ਾ ਜਿਵੇਂ ਦੇਖ ਲਓ ਤੁਸੀਂ, ਚਾਰ ਜਾਨਵਰ ਨੇ ਅਤੇ ਜ਼ਿਆਦਾ ਨੇ ਤਾਂ ਬਈ ਕਿਲੋ ਕੁ ਗੁੜ ਤਾਂ ਯਾਨੀ ਕਿ ਪੈ ਜਾਣਾ ਚਾਹੀਦਾ ਗਾ। ਡਲੀਆਂ ਨੇ ਆਪਣੀਆਂ ਮੋਟੀਆਂ ਮੋਟੀਆਂ ਵੀਡੀਓ ਤੋਂ ਸਦਾ ਉਹਨਾਂ ਨਾ ਮਤਲਬ ਵੀ ਆਉਂਦੀ ਹੋਵੇ, ਅਤੇ ਕਿਲੋ ਕੁ ਦੇ ਆਸ ਪਾਸ ਦਾ ਗੁੜ ਬਣ ਜਾਂਦਾ। ਇਹ ਬਈ ਕੋਈ ਜ਼ਰੂਰੀ ਨਹੀਂ ਵੀ ਆਪਾਂ ਮਿਣਕੀ ਪਾਉਣਾ, ਵੀ ਇੰਨਾ ਹੀ ਪੈਣਾ ਚਾਹੀਦਾ। ਅਤੇ ਜਿੰਨਾ ਕੁ ਬਈ ਮਤਲਬ ਵੀ ਅੰਦਾਜ਼ੇ ਜੇ ਨਾਲ ਵੀ ਆਪਾਂ ਇੰਨੇ ਕੁ ਜਾਨਵਰ ਦੇ ਹਿਸਾਬ ਨਾਲ ਪਾਈ, ਇੱਕ ਗੁੜ ਕਮ ਸੇ ਕਮ ਬਈ ਪਵੇ ਜੇ ਇੱਕ ਘੋੜੀ ਨੂੰ ਪੈਂਦਾ। ਗੱਬਣ ਖਾਲੀ ਦਾ ਬਈ ਇਹ 'ਚ ਕੋਈ ਚੱਕਰ ਨਹੀਂ ਹੁੰਦਾ ਹੈਗਾ। ਬਹੁਤ ਭਾਈ ਪੁੱਛਣਗੇ ਵੀ ਆਪਾਂ ਆਪਣੀ ਘੋੜੀ ਗੱਬਣ ਆਪਾਂ ਉਹਨੂੰ ਪਾ ਸਕਦੇ ਹਾਂ ਕਿ ਨਹੀਂ ਪਾ ਸਕਦੇ, ਇੱਦਾਂ ਦਾ ਬਈ ਕੋਈ ਚੱਕਰ ਨਹੀਂ ਹੁੰਦਾ, ਹੈ ਨਾ। ਅਤੇ ਗੁੜ ਤਾਂ ਬਈ ਬਹੁਤ ਚੰਗੀ ਚੀਜ਼ ਆ ਹਾਜ਼ਮੇ ਨੂੰ ਵੀ, ਅਤੇ ਗੈਂਸ ਗੂੰਸ ਨਹੀਂ ਬਣਦੀ ਗੁੜ ਨਾਲ। ਅਤੇ ਆਹ ਸੀ ਬਾਈ ਆਪਣੀ 24 ਘੰਟਿਆਂ ਦੀ ਡਾਇਟ, ਆਪਾਂ ਕਦੋਂ ਅਤੇ ਕੀ ਜਾਨਵਰਾਂ ਨੂੰ ਪਾਉਣੇ ਹੋ। ਅਤੇ ਵੀਡੀਓ ਕਿੱਦਾਂ ਦੀ ਲੱਗੀ ਬਾਈ ਜ਼ਰੂਰ ਦੱਸਿਓ ਸਾਰੇ ਜਣੇ, ਕੋਸ਼ਿਸ਼ ਕਰਾਂਗੇ ਬਈ ਔਰ ਇੰਡੀਆ 'ਚ ਨਵੇਂ ਨਵੇਂ ਕੰਟੈਂਟ ਲੈ ਕੇ ਆਈਏ। ਧੰਨਵਾਦ।